ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਦੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਇੱਕ ਹੋਰ ਟੈਰੋ ਕਾਰਡ ਰੀਡਿੰਗ ਦੀ ਵੀਡੀਓ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਦੀ ਰੀਡਿੰਗ ਵਿੱਚ ਅਸੀਂ ਦੇਖਣ ਵਾਲੇ ਹਾਂ, ਉਹ ਤਾਂ ਮੈਂ ਬਾਅਦ ਚੋਂ ਦੱਸਾਂਗੀ, ਪਰ ਪਹਿਲੇ ਇਹ ਮੈਂ ਦੱਸ ਦੇਵਾਂ ਕਿ ਜੇ ਇਹ ਵੀਡੀਓ ਤੁਹਾਨੂੰ 10 ਅਕਤੂਬਰ ਤੋਂ ਪਹਿਲੇ ਮਿਲ ਜਾਂਦੀ ਹੈ ਤਾਂ ਸਮਝ ਜਾਣਾ ਪਰਮਾਤਮਾ ਨੇ ਤੁਹਾਡੇ ਵਾਸਤੇ ਕੋਈ ਖਾਸ ਮਕਸਦ ਦੇ ਲਈ ਇਹ ਵੀਡੀਓ ਤੁਹਾਡੇ ਕੋਲ ਭੇਜੀ ਹੈ, ਕਿਉਂਕਿ ਇਹ 10 ਅਕਤੂਬਰ ਯਾਨੀ ਕਿ ਬਹੁਤ ਵੱਡਾ ਪੋਰਟਲ ਗੇਟ ਆ ਰਿਹਾ ਹੈ 10-10, ਠੀਕ ਹੈ। ਜਿਸ ਤਰ੍ਹਾਂ ਕਿ ਲਾਇਨਸ ਗੇਟ 8 ਅਗਸਤ ਨੂੰ 8-8 ਬਹੁਤ ਵੱਡਾ ਪੋਰਟਲ ਗੇਟ ਸੀ ਜੋ ਕਿ ਇੱਛਾ ਪੂਰੀ ਕਰਨ ਦਾ ਦਿਨ ਹੁੰਦਾ ਹੈ, ਉਸੇ ਤਰ੍ਹਾਂ ਇਹ ਵੀ ਇੱਕ ਪੋਰਟਲ ਗੇਟ ਹੈ। ਵੈਸੇ ਤਾਂ ਦੇਖੋ ਬਹੁਤ ਸਾਰੇ ਪੋਰਟਲ ਗੇਟ ਆਉਂਦੇ ਹਨ, ਛੋਟੇ ਛੋਟੇ ਜਿਹੜੇ ਹੁੰਦੇ ਹਨ, 2-2 ਹੋ ਗਿਆ, 3-3 ਹੋ ਗਿਆ, 5-5 ਹੋ ਗਿਆ, ਇਹ ਜਿਹੜੇ ਪੋਰਟਲ ਗੇਟ ਆਉਂਦੇ ਹਨ ਇਹ ਕੁਝ ਨਾ ਕੁਝ ਸਾਡੀ ਜ਼ਿੰਦਗੀ ਵਿੱਚ ਕਰਕੇ ਜ਼ਰੂਰ ਜਾਂਦੇ ਹਨ, ਪਰ ਮੇਨ ਜੋ ਹੁੰਦਾ ਹੈ 1-1 8-8 ਅਤੇ ਇਹ 10-10 10 ਅਕਤੂਬਰ। ਇਸ ਕਰਕੇ ਮੈਂ ਸਪੈਸ਼ਲੀ ਇਹ ਵੀਡੀਓ, ਇਹ ਰੀਡਿੰਗ ਇਹ 10 ਅਕਤੂਬਰ ਦੇ ਉੱਤੇ ਬਣਾਈ ਹੈ, ਠੀਕ ਹੈ। ਇਹ ਹੁਣ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਸੀ। ਹੁਣ ਦੂਸਰਾ, ਅਸੀਂ ਅੱਜ ਦੀ ਰੀਡਿੰਗ ਵਿੱਚ ਕੀ ਦੇਖਣ ਵਾਲੇ ਹਾਂ, ਅੱਜ ਦੀ ਰੀਡਿੰਗ ਵਿੱਚ ਅਸੀਂ ਦੇਖਣ ਵਾਲੇ ਹਾਂ ਕਿ ਇਹ ਜਿਹੜਾ 10 ਅਕਤੂਬਰ ਦਾ ਪੋਰਟਲ ਗੇਟ ਆ ਰਿਹਾ ਹੈ ਤੁਹਾਡੇ ਵਾਸਤੇ ਕੀ ਖੁਸ਼ੀਆਂ ਲਿਆ ਰਿਹਾ ਹੈ, ਤੁਸੀਂ ਇਸ ਵੇਲੇ ਕਿਸ ਐਨਰਜੀ ਵਿੱਚ ਚੱਲ ਰਹੇ ਹੋ, ਅਤੇ ਜਿਹੜੀ ਐਨਰਜੀ ਵਿੱਚ ਚੱਲ ਰਹੇ ਹੋ, ਜੇ ਪਰਮਾਤਮਾ ਨੇ ਤੁਹਾਡੇ ਕੋਲ ਇਹ ਵੀਡੀਓ ਭੇਜੀ ਹੈ ਕਿਸੇ ਮਕਸਦ ਦੇ ਕਾਰਨ, ਉਹ ਉਸ ਐਨਰਜੀ ਨੂੰ ਜੇ ਉਹ ਚੇਂਜ ਕਰਨਾ ਚਾਹੁੰਦੇ ਹਨ ਤਾਂ ਤੁਹਾਡੇ ਵਾਸਤੇ ਇਹ ਵੀਡੀਓ ਬਹੁਤ ਜ਼ਿਆਦਾ ਯੂਜ਼ਫੁੱਲ ਹੋਣ ਵਾਲੀ ਹੈ, ਠੀਕ ਹੈ। ਮੈਨੂੰ ਨਹੀਂ ਪਤਾ ਕਿ ਇਹ ਵੀਡੀਓ ਕਿਸ ਨੂੰ ਰੈਜ਼ੋਨੇਟ ਕਰੇਗੀ, ਕਿਸ ਨੂੰ ਰੈਜ਼ੋਨੇਟ ਨਹੀਂ ਕਰੇਗੀ, ਕਿਉਂਕਿ ਮੈਂ ਅੱਜ ਕੋਈ ਪਿੱਕ ਕਾਰਡ ਨਹੀਂ ਲੈ ਕੇ ਆਈ ਹਾਂ। ਇਹ ਇੱਕ ਕਲੈਕਟਿਵ ਰੀਡਿੰਗ ਰਹੇਗੀ, ਹਰ ਕਿਸੇ ਵਾਸਤੇ ਰੀਡਿੰਗ ਰਹੇਗੀ। ਬਸ ਇੰਨਾ ਸਮਝ ਲੈਣਾ ਤੁਸੀਂ, ਜੇ ਇਹ ਰੀਡਿੰਗ ਤੁਹਾਡੇ ਨਾਲ ਰੈਜ਼ੋਨੇਟ ਹੁੰਦੀ ਹੈ ਤਾਂ ਇਹ ਵੀਡੀਓ ਸਪੈਸ਼ਲੀ ਤੁਹਾਡੇ ਵਾਸਤੇ ਹੀ ਆ ਗਈ ਹੈ, ਤੁਹਾਡੇ ਸਾਹਮਣੇ ਸਪੈਸ਼ਲੀ ਪਰਮਾਤਮਾ ਨੇ ਤੁਹਾਡੇ ਸਾਹਮਣੇ ਭੇਜੀ ਹੈ, ਠੀਕ ਹੈ। ਇੰਟਰੋਡਕਸ਼ਨ ਅੱਜ ਦੀ ਵੀਡੀਓ ਦਾ, ਰੀਡਿੰਗ ਦਾ ਪਹਿਲੇ ਦੇਣਾ ਬਹੁਤ ਜ਼ਰੂਰੀ ਸੀ, ਥੋੜ੍ਹਾ ਜਿਹਾ ਲੰਬਾ ਹੀ ਹੋ ਗਿਆ ਹੈ, ਪਰ ਇਸ ਤੋਂ ਬਿਨਾਂ ਤੁਹਾਨੂੰ ਅੱਜ ਦੀ ਰੀਡਿੰਗ ਸਮਝ ਨਹੀਂ ਆਉਣੀ ਸੀ। ਅਤੇ ਚਲੋ ਜੀ, ਜਲਦੀ ਤੋਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਰੀਡਿੰਗ, ਅਤੇ ਤੁਸੀਂ ਆਪਣੀਆਂ ਐਨਰਜੀਸ ਮੇਰੀ ਐਨਰਜੀਸ ਦੇ ਨਾਲ ਮਿਲਾਓ, ਜਲਦੀ ਤੋਂ ਕਮੈਂਟ ਕਰੋ, ਥੈਂਕਸ ਯੂਨੀਵਰਸ, ਕਲੇਮ ਦਿਸ ਪੋਜ਼ਿਟਿਵ ਐਨਰਜੀ, ਤਾਂ ਕਿ ਪਰਮਾਤਮਾ ਨੇ ਜੇ ਵੀਡੀਓ ਤੁਹਾਡੇ ਤੱਕ ਪਹੁੰਚਾਈ ਹੈ ਤਾਂ ਵੀਡੀਓ ਦੇ ਰੀਡਿੰਗ ਦੇ ਅੰਦਰ ਜੋ ਉਹ ਕਹਿਣਾ ਚਾਹੁੰਦੇ ਹੈ ਉਹ ਵੀ ਤੁਸੀਂ ਜ਼ਰੂਰ ਸੁਣੋ ਜੀ। ਅਤੇ ਰੀਡਿੰਗ ਵਿੱਚ ਜੋ ਤੁਹਾਡੀਆਂ ਐਨਰਜੀਸ ਆਉਣ ਵਾਲੀਆਂ ਹਨ, ਜੇ ਤੁਹਾਡੇ ਨਾਲ ਰੈਜ਼ੋਨੇਟ ਹੋ ਰਹੀਆਂ ਹਨ ਤਾਂ ਸਮਝ ਜਾਣਾ ਇਹ ਵੀਡੀਓ ਤੁਹਾਡੇ ਵਾਸਤੇ। ਓਕੇ ਜੀ, ਫਸਟ ਕਾਰਡ ਹਾਂ, ਓਕੇ। ਦੇਖੋ ਕਾਰਡ ਆਪਣੇ ਆਪ ਗਿਰ ਰਹੇ ਹਨ, ਮਤਲਬ ਪਰਮਾਤਮਾ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਕਹਿਣਾ ਚਾਹੁੰਦੇ ਹਨ ਇਸ ਰੀਡਿੰਗ ਵਿੱਚ, ਕੁਛ ਨਾ ਕੁਛ ਤਾਂ ਤੁਹਾਡੇ ਵਾਸਤੇ ਨਿਕਲ ਕੇ ਜ਼ਰੂਰ ਆਏਗਾ, ਇਸ ਤਰ੍ਹਾਂ ਦਾ ਇੰਟਿਊਸ਼ਨ ਮੇਰੇ ਪਹਿਲੇ ਹੀ ਹੋ ਰਿਹਾ ਹੈ ਰੀਡਿੰਗ ਕਰਨ ਤੋਂ ਪਹਿਲੇ। ਓਕੇ ਠੀਕ ਹੈ ਜੀ, ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਜੋ ਲੋਕ ਮੇਰੀ ਵੀਡੀਓਜ਼ ਦੇਖ ਰਹੇ ਹਨ ਉਹਨਾਂ ਦੀਆਂ ਰਾਸ਼ੀਆਂ ਹੋ ਸਕਦੀਆਂ ਹਨ ਕਰਕ, ਮਿਥੁਨ, ਵ੍ਰਿਸ਼ਚਕ, ਮੀਨ, ਮੇਕ, ਧਨੂ, ਬ੍ਰਿਖ ਰਾਸ਼ੀ ਅਤੇ ਕੰਨਿਆ ਅਤੇ ਤੁਲਾ ਰਾਸ਼ੀ, ਠੀਕ ਹੈ। ਇਹ ਲੋਕ ਮੇਰੀ ਵੀਡੀਓਜ਼ ਦੇਖ ਰਹੇ ਹਨ, ਜੇ ਤੁਹਾਡੇ ਨਾਲ ਰੈਜ਼ੋਨੇਟ ਹੋ ਰਹੀ ਹੈ ਤਾਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਣਾ ਜੀ। ਓਕੇ ਜੀ, ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਤੁਹਾਡਾ ਕੋਈ ਬਰਡਨ ਹੈ, ਕੋਈ ਦਿਮਾਗ 'ਤੇ ਕੋਈ ਬਰਡਨ ਤੁਹਾਡਾ ਚੱਲ ਰਿਹਾ ਹੈ, ਉਹ ਕਿਧਰੇ ਨਾ ਕਿਧਰੇ ਉਹ ਖਤਮ ਹੋਣ ਦੀ ਕਗਾਰ 'ਤੇ ਹੈ, ਠੀਕ ਹੈ। ਬਰਡਨ ਕਹਿਣ ਦਾ ਮਤਲਬ ਹੈ
ਕੋਈ ਐਸੀ ਸਿਚੁਏਸ਼ਨ, ਕੋਈ ਐਸੀ ਮਨੋਦਸ਼ਾ ਤੁਹਾਡੇ ਅੰਦਰ ਚੱਲ ਰਹੀ ਸੀ ਜੋ ਕਿ ਹੁਣ ਸੁਧਰਨ ਵਾਲੀ ਹੈ, ਠੀਕ ਹੈ। ਜਾਂ ਫਿਰ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਤੁਹਾਡੇ ਉੱਤੇ ਕੋਈ ਐਸੀ ਜ਼ਿੰਮੇਵਾਰੀ ਸੀ, ਕੋਈ ਐਸੀ ਰਿਸਪੋਂਸਿਬਿਲਿਟੀ ਤੁਹਾਡੇ ਉੱਤੇ ਬਣੀ ਹੋਈ ਸੀ ਜਿਸ ਨੂੰ ਕਰਨਾ ਤੁਹਾਡੇ ਵਾਸਤੇ ਮੁਸ਼ਕਿਲ ਹੋ ਗਿਆ ਸੀ ਔਰ ਤੁਹਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਅੱਗੇ ਕੀ ਹੋਏਗਾ, ਠੀਕ ਹੈ। ਦੂਜਾ ਇੱਥੇ ਮੈਨੂੰ ਐਨਰਜੀਸ ਨਜ਼ਰ ਆ ਰਹੀਆਂ ਹਨ, ਇੱਥੇ ਜੇਕਰ ਤੁਹਾਡੀ ਲਵ ਲਾਈਫ ਵਿੱਚ ਕੁਝ ਪਰੇਸ਼ਾਨੀਆਂ ਚੱਲ ਰਹੀਆਂ ਸੀ, ਠੀਕ ਹੈ, ਜਾਂ ਤਾਂ ਤੁਸੀਂ ਕੋਈ ਮੈਰਿਜ ਨਹੀਂ, ਵਿਆਹ ਸ਼ਾਦੀ ਨਹੀਂ ਹੋ ਪਾ ਰਹੀ ਸੀ, ਜਾਂ ਫਿਰ ਵਿਆਹ ਹੋ ਗਿਆ ਹੈ ਤਾਂ ਉਸਦੇ ਵਿੱਚ ਪਾਰਟਨਰ ਦੇ ਨਾਲ ਵਾਦ ਵਿਵਾਦ, ਲੜਾਈ ਝਗੜੇ ਚੱਲ ਰਹੇ ਸੀ। ਤਾਂ ਮੈਂ ਇੱਥੇ ਤੁਹਾਨੂੰ ਦੱਸ ਦੇਵਾਂ ਕਿ ਇਹ ਜਿਹੜਾ 10 ਅਕਤੂਬਰ ਦਾ ਪੋਰਟਲ ਆ ਰਿਹਾ ਹੈ, ਇਹ ਤੁਹਾਡੇ ਵਾਸਤੇ ਖੁਸ਼ੀਆਂ ਲੈ ਕੇ ਆਇਆ ਹੈ। ਦੇਖੋ, ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਕਿ ਪਰਮਾਤਮਾ ਨੇ ਤੁਹਾਡੇ ਵਾਸਤੇ ਇਹ ਵੀਡੀਓ ਭੇਜੀ ਹੈ ਤਾਂ ਕੁਛ ਨਾ ਕੁਛ ਖਾਸ ਮਕਸਦ ਵਾਸਤੇ ਭੇਜੀ ਹੈ। ਉਹ ਤੁਹਾਨੂੰ ਦੱਸਣਾ ਚਾਹੁੰਦੇ ਹਨ ਕਿ ਜੇ ਤੁਸੀਂ ਆਪਣੀ ਕਿਸੇ ਜ਼ਿੰਮੇਵਾਰੀ ਤੋਂ ਪਰੇਸ਼ਾਨ ਹੋ ਚੁੱਕੇ ਹੋ, ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਅੱਗੋਂ ਕੀ ਹੋਏਗਾ, ਦੂਜਾ ਤੁਹਾਨੂੰ ਲਵ ਲਾਈਫ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤਾਂ ਉਹ ਤੁਸੀਂ ਪਰੇਸ਼ਾਨ ਹੋ ਕਿ ਕੀ ਹੋਏਗਾ ਕੀ ਨਹੀਂ, ਤਾਂ ਤੁਹਾਡੀ ਪਰੇਸ਼ਾਨੀ ਨੂੰ ਦੂਰ ਕਰਨ ਆਏ ਹਨ। ਪਰੇਸ਼ਾਨੀ ਨੂੰ ਦੂਰ ਤਾਂ ਕਰਨਗੇ ਹੀ ਕਰਨਗੇ, ਪਰ ਪਹਿਲੇ ਉਸ ਤੋਂ ਪਹਿਲੇ ਤੁਹਾਨੂੰ ਕੀ ਵਰਡ ਮੈਂ ਇੱਥੇ ਯੂਜ਼ ਕਰ ਸਕਦੀ ਹਾਂ ਕਿ ਤੁਹਾਨੂੰ ਸੰਤਵਨਾ ਦੇਣ ਆਏ ਹਨ, ਕਿ ਭਰੋਸਾ ਦੇਣ ਆਏ ਹਨ ਕਿ ਰਿਲੈਕਸ ਹੋ ਜਾਓ, ਓਕੇ, ਕਿ ਇਹ ਤੁਹਾਡੀ ਪਰੇਸ਼ਾਨੀ ਜਿਹੜੀ ਹੈ ਉਹ ਬਹੁਤ ਜਲਦੀ ਖਤਮ ਹੋਣ ਦੀ ਕਗਾਰ ਵਿੱਚ ਹੈ, ਬਹੁਤ ਜਲਦੀ ਖਤਮ ਹੋਣ ਦੀ ਕਗਾਰ ਵਿੱਚ ਹੈ। ਹੁਣ ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਜੇ ਤੁਹਾਡੇ ਮੈਰਿਡ ਲਾਈਫ ਵਿੱਚ ਕੁਛ ਪਰੇਸ਼ਾਨੀ ਚੱਲ ਰਹੀ ਹੈ ਜਾਂ ਮੈਰਿਜ ਤੁਹਾਡੀ ਹੋ ਨਹੀਂ ਰਹੀ ਹੈ, ਤਾਂ ਖਤਮ ਹੋਣ ਦੀ ਕਗਾਰ ਦੇ ਮਤਲਬ ਤੇ ਇਹ ਹੈ ਕਿ ਉਹ ਚੀਜ਼ਾਂ ਸੁਲਝਣਗੀਆਂ, ਇੱਕ ਦੂਜੇ ਨੂੰ ਜੋ ਤੁਸੀਂ ਸਮਝ ਨਹੀਂ ਪਾ ਰਹੇ ਸੀ ਉਹ ਤੁਸੀਂ ਸਮਝਣ ਲੱਗ ਜਾਓਗੇ, ਜਾਂ ਕੋਈ ਦੂਸਰਾ ਕੋਈ ਵਿਚਕਾਰਲਾ ਕੋਈ ਮੀਡੀਏਟਰ ਆ ਕੇ ਤੁਹਾਨੂੰ ਇਸ ਤਰ੍ਹਾਂ ਸਮਝਾਏਗਾ ਕਿ ਤੁਹਾਡੀਆਂ ਜਿਹੜੀਆਂ ਪਰੇਸ਼ਾਨੀਆਂ ਹਨ ਉਹ ਸੁਧਰਨਗੀਆਂ, ਜਾਂ ਫਿਰ ਤੁਹਾਨੂੰ ਕਾਫੀ ਹੱਦ ਤੱਕ ਇਹਨਾਂ ਗੱਲਾਂ ਵਿੱਚ ਕਲੈਰਿਟੀ ਮਿਲੇਗੀ ਜਿਸ ਦੇ ਕਾਰਨ ਇਹ ਜੋ ਪਰੇਸ਼ਾਨੀ ਚੱਲ ਰਹੀ ਹੈ ਉਹ ਖਤਮ ਹੋ ਜਾਏਗੀ। ਇਸ ਦੇ ਨਾਲ ਨਾਲ ਨਾ ਮੈਂ ਇਸ ਤਰ੍ਹਾਂ ਦਾ ਫੀਲ ਕਰ ਰਹੀ ਹਾਂ, ਇਸ ਤਰ੍ਹਾਂ ਦਾ ਮਹਿਸੂਸ ਕਰ ਰਹੀ ਹਾਂ ਮੈਂ, ਜੋ ਲੋਕ ਵੀ ਮੇਰੀ ਵੀਡੀਓਜ਼ ਦੇਖ ਰਹੇ ਹਨ, ਕਿ ਤੁਹਾਡੇ ਅੰਦਰ ਨਾ ਕਿਤੇ ਕੋਈ ਦੁੱਖ ਹੈ, ਕਿਤੇ ਨਾ ਕਿਤੇ ਕੋਈ ਪਰੇਸ਼ਾਨੀ ਚੱਲ ਰਹੀ ਹੈ ਤੁਹਾਡੇ ਦਿਮਾਗ ਦੇ ਅੰਦਰ, ਤੁਹਾਡੇ ਮਨ ਵਿੱਚ ਕੁਝ ਉਦਾਸੀ ਚੱਲ ਰਹੀ ਹੈ, ਕੁਝ ਚੀਜ਼ਾਂ ਨੂੰ ਲੈ ਕੇ ਨਾ ਤੁਹਾਡੇ ਮਨ ਵਿੱਚ ਉਲਝਣ ਚੱਲ ਰਹੀ ਹੈ, ਠੀਕ ਹੈ, ਕਿ ਇਹ ਹੋਏਗਾ ਜਾਂ ਨਹੀਂ ਹੋਏਗਾ, ਮੈਂ ਇਸ ਚੀਜ਼ ਤੋਂ ਨਿਕਲ ਪਾਵਾਂਗੀ ਜਾਂ ਪਾਵਾਂਗਾ ਕਿ ਨਹੀਂ ਨਿਕਲ ਪਾਵਾਂਗਾ ਜਾਂ ਨਿਕਲ ਨਹੀਂ ਪਾਵਾਂਗੀ, ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਸੋਚ ਰਹੇ ਹੋ, ਠੀਕ ਹੈ, ਜਾਂ ਫਿਰ ਮੈਂ ਇਹ ਕਰਾਂ ਜਾਂ ਉਹ ਕਰਾਂ, ਇਹ ਕਰਾਂ ਜਾਂ ਨਹੀਂ ਕਰਾਂ, ਇਸ ਤਰ੍ਹਾਂ ਦੀ ਦੁਵਿਧਾ ਜੋ ਹੈ ਨਾ ਤੁਹਾਡੇ ਮਨ ਵਿੱਚ ਚੱਲ ਰਹੀ ਹੈ। ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ 10 ਅਕਤੂਬਰ ਤੋਂ ਪਹਿਲੇ, ਠੀਕ ਹੈ, ਤੁਹਾਨੂੰ ਇਹ ਜੋ ਵੀ ਤੁਸੀਂ ਦੁੱਖ, ਪੀੜਾ, ਸਿਰ ਦਰਦੀ, ਠੀਕ ਹੈ, ਟੈਨਸ਼ਨ ਜਾਂ ਹੈਲਥ ਇਸ਼ੂਜ਼, ਇਹ ਤੁਹਾਨੂੰ ਹੁਣ ਆ ਚੁੱਕੇ ਹੋਣਗੇ, ਇਹਨਾਂ ਚੀਜ਼ਾਂ ਤੋਂ ਤੁਸੀਂ ਨਿਕਲ ਰਹੇ ਹੋ, ਹੈਲਥ ਇਸ਼ੂਜ਼ ਵੀ ਤੁਹਾਨੂੰ ਆ ਰਹੇ ਹਨ, ਹੈ ਨਾ, ਠੀਕ ਹੈ ਨਾ, ਮੈਂ ਜੋ ਫੀਲ ਕਰ ਪਾ ਰਹੀ ਹਾਂ, ਠੀਕ ਹੈ, ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ। ਤੁਹਾਡੇ ਵਿੱਚੋਂ ਕਈ ਲੋਕ ਐਸਾ ਬੋਲਣਗੇ ਕਿ ਹਾਲੇ ਕੁਝ ਬੱਚਿਆ ਹੈ ਕਿ ਹਾਲੇ ਇਹ ਵੀ ਸਾਨੂੰ ਸਹਿਣ ਕਰਨਾ ਹੈ, ਸਹਿਣ ਕਰ ਚੁੱਕੇ ਹੋ, ਠੀਕ ਹੈ, ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਇਹ ਸਭ ਚੀਜ਼ਾਂ ਤੋਂ ਤੁਸੀਂ ਇਸ ਵੇਲੇ ਨਿਕਲ ਰਹੇ ਹੋਵੋਗੇ, ਓਕੇ, ਅਤੇ 10 ਅਕਤੂਬਰ ਦਾ ਜਿਹੜਾ ਟਾਈਮ ਹੈ ਉਹ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਮੁਕਤੀ ਦਿਲਾਏਗਾ, ਚਾਹੇ ਤੁਹਾਡੇ ਉਹ ਹੈਲਥ ਇਸ਼ੂਜ਼ ਹੋਣ, ਚਾਹੇ ਉਹ ਤੁਹਾਡਾ ਲਵ ਰਿਲੇਸ਼ਨ ਸੰਬੰਧੀ ਰਿਲੇਟਿਡ ਹੋਵੇ ਜਾਂ ਪੈਸਿਆਂ ਸੰਬੰਧੀ ਰਿਲੇਟਿਡ ਹੋਵੇ ਜਾਂ ਤੁਹਾਡੀ ਕੋਈ ਰਿਸਪੋਂਸਿਬਿਲਿਟੀ ਜੋ ਮੈਂ ਦੱਸਿਆ ਜ਼ਿੰਮੇਵਾਰੀ, ਜੋ ਵੀ ਦੁੱਖ ਪਰੇਸ਼ਾਨੀ ਤੁਹਾਡੇ ਦਿਮਾਗ ਵਿੱਚ ਚੱਲ ਰਹੀ ਹੈ ਉਸ ਦਾ ਖਾਤਮਾ ਹੋਏਗਾ।
ਪਰੇਸ਼ਾਨੀਆਂ ਦਾ ਦੁੱਖਾਂ ਦਾ ਅੰਤ ਹੋਏਗਾ। ਓਕੇ, ਇਸ ਦੇ ਨਾਲ ਨਾਲ ਜੋ ਮੇਰੀ ਵੀਡੀਓਜ਼ ਦੇਖ ਰਹੇ ਉਹਨਾਂ ਨੂੰ ਮੈਂ ਦੱਸਦਾ, ਇੱਥੇ ਬਹੁਤ ਹੀ ਸਟਰੋਂਗਲੀ ਮੈਂ ਫੀਲ ਕਰ ਪਾ ਰਹੀ ਹਾਂ, ਇਸ ਤਰ੍ਹਾਂ ਦੇ ਕਾਰਡਸ ਆਏ ਹਨ ਕਿ 10 ਅਕਤੂਬਰ ਤੋਂ ਪਹਿਲੇ ਕੋਈ ਨਾ ਕੋਈ ਗੁੱਡ ਨਿਊਜ਼ ਤੁਹਾਡੇ ਘਰ ਆ ਰਹੀ ਹੈ। ਉਹ ਖੁਸ਼ਖਬਰੀ ਕੋਈ ਵੀ ਹੋ ਸਕਦੀ ਹੈ, ਤੁਹਾਡੀ ਜੋਬ ਰਿਲੇਟਿਡ ਵੀ ਹੋ ਸਕਦੀ ਹੈ, ਕਰੀਅਰ ਰਿਲੇਟਿਡ ਹੋ ਸਕਦੀ ਹੈ, ਜਾਂ ਫਿਰ ਤੁਹਾਡੇ ਲਵ ਰਿਲੇਟਿਡ ਹੋ ਸਕਦੀ ਹੈ। ਓਕੇ, ਇਸ ਤੋਂ ਇਲਾਵਾ ਜੇ ਤੁਹਾਡੀ ਮੈਰਿਜ ਨਹੀਂ ਹੋ ਪਾ ਰਹੀ ਸੀ, ਹੈ ਨਾ, ਜਾਂ ਫਿਰ ਤੁਹਾਡੇ ਪਾਰਟਨਰ ਕਹਿ ਰਹੀ ਹਾਂ, ਤੁਹਾਡੇ ਪੇਰੈਂਟਸ ਨਹੀਂ ਮੰਨ ਰਹੇ ਸੀ ਤੁਹਾਡੇ ਮੈਰਿਜ ਵਾਸਤੇ, ਲਵ ਮੈਰਿਜ ਵਾਸਤੇ, ਤਾਂ ਇਸ ਤਰ੍ਹਾਂ ਦਾ ਕੁਛ ਮੈਨੂੰ ਮਤਲਬ ਸੈਲੀਬ੍ਰੇਸ਼ਨ ਹੁੰਦਾ, ਕੁਛ ਅੱਛੀ ਗੁੱਡ ਨਿਊਜ਼ ਆਉਂਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਨਾਲ ਤੁਸੀਂ ਕਾਫੀ ਟਾਈਮ ਤੋਂ ਮਤਲਬ ਕੋਈ ਐਸਾ ਚੀਜ਼ ਜੋ ਕਿ ਮਤਲਬ ਤੁਹਾਡੇ ਕਰੀਅਰ ਸੰਬੰਧੀ ਉਹ ਚੀਜ਼ ਸੀ, ਤੁਸੀਂ ਬਹੁਤ ਟਾਈਮ ਤੋਂ ਚਾਹ ਰਹੇ ਸੀ ਕਿ ਉਹ ਹੋਵੇ, ਉਹ ਵੀ ਮੈਨੂੰ ਹੁੰਦੀ ਨਜ਼ਰ ਆ ਰਹੀ ਹੈ, ਜਾਂ ਫਿਰ ਕੋਈ ਐਸੇ ਕਲਾਇੰਟ ਜਾਂ ਕੋਈ ਐਸੀ ਡੀਲ ਜਾਂ ਆਰਡਰ ਜੋ ਤੁਸੀਂ ਚਾਹ ਰਹੇ ਸੀ ਕਿ ਕਦੋਂ ਸਾਡੀ ਕਲਾਇੰਟ ਦੇ ਨਾਲ ਡੀਲ ਪੱਕੀ ਹੋਏਗੀ, ਇਸ ਨਾਲ ਸੰਬੰਧੀ ਵੀ ਕੋਈ ਤੁਹਾਨੂੰ ਗੁੱਡ ਨਿਊਜ਼ ਮਿਲਦੀ ਨਜ਼ਰ ਆ ਰਹੀ ਹੈ। ਨਾਲ ਦੇ ਨਾਲ ਇੱਥੇ ਇਸ ਤਰ੍ਹਾਂ ਦਾ ਵੀ ਫੀਲ ਹੋ ਰਿਹਾ ਹੈ ਕਿ ਤੁਸੀਂ ਤੁਹਾਡੀ ਲਾਈਫ ਵਿੱਚ ਨਾ ਇਮਬੈਲੈਂਸ ਬਿਹੇਵੀਅਰ ਦੀ ਸਥਿਤੀ ਚੱਲ ਰਹੀ ਹੈ। ਇਮਬੈਲੈਂਸ ਬਿਹੇਵੀਅਰ ਦਾ ਮਤਲਬ ਹੈ ਇੱਥੇ ਕਿ ਤੁਸੀਂ ਚਾਹ ਕੁਛ ਹੋਰ ਰਹੇ ਹੋ ਪਰ ਹੋ ਕੁਛ ਨਹੀਂ ਰਿਹਾ ਹੈ, ਠੀਕ ਹੈ, ਜਾਂ ਫਿਰ ਜੋ ਚਾਹ ਰਹੇ ਹੋ ਉਹ ਨਹੀਂ ਹੋ ਰਿਹਾ, ਦੂਸਰਾ ਕੁਝ ਹੋ ਰਿਹਾ ਹੈ ਜੋ ਕਿ ਤੁਹਾਨੂੰ ਉਹਦੇ ਵਿੱਚ ਇੰਟਰਸਟ ਨਹੀਂ ਹੈ, ਠੀਕ ਹੈ, ਇਸ ਤਰ੍ਹਾਂ ਦਾ ਵੀ ਮੈਨੂੰ ਫੀਲ ਹੋ ਰਿਹਾ ਹੈ। ਪਰ ਇਹ ਜੋ ਤੁਹਾਡੇ ਨਾਲ ਇਮਬੈਲੈਂਸ ਸਿਚੁਏਸ਼ਨ ਚੱਲ ਰਹੀ ਹੈ ਨਾ ਤੁਹਾਡੇ ਬਿਹੇਵੀਅਰ ਦੀ, ਉਹ ਹੁਣ ਖਤਮ ਹੋ ਜਾਏਗੀ, ਠੀਕ ਹੈ। ਇਹ 10 ਅਕਤੂਬਰ ਦਾ ਜਿਹੜਾ ਪੋਰਟਲ ਆ ਰਿਹਾ ਹੈ ਤਾਂ ਉਹ ਤੁਹਾਡੇ ਵਾਸਤੇ ਬਹੁਤ ਹੀ ਲੱਕੀ ਸਾਬਿਤ ਹੋਏਗਾ। ਓਕੇ, ਦੇਖੋ ਜੀ, ਮੈਂ ਫਿਰ ਤੋਂ ਇਹ ਆਪਣਾ ਸੈਂਟੈਂਸ ਰਿਪੀਟ ਕਰ ਰਹੀ ਹਾਂ ਕਿ ਗੁੱਡ ਨਿਊਜ਼ ਤੁਹਾਡੇ ਕੋਲ ਆਉਣ ਵਾਲੀ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਮੈਨੂੰ ਬਹੁਤ ਪੋਜ਼ਿਟਿਵ ਵਾਈਬਸ ਆ ਰਹੀਆਂ ਹਨ, ਕਾਰਡਸ ਵੀ ਇਸ ਤਰ੍ਹਾਂ ਦੇ ਨਿਕਲੇ ਹਨ, ਠੀਕ ਹੈ, ਕਿਉਂਕਿ ਦੇਖੋ ਗੁੱਡ ਨਿਊਜ਼ ਆ ਰਹੀ ਹੈ, ਉਹ ਹੋ ਸਕਦਾ ਹੈ ਤੁਹਾਡੇ ਕੋਲ ਡਿਜੀਟਲੀ ਤੁਹਾਡੇ ਕੋਲ ਇਹ ਗੁੱਡ ਨਿਊਜ਼ ਪਹੁੰਚੇ। ਦੋ ਚੀਜ਼ਾਂ ਹੋ ਸਕਦੀਆਂ ਹਨ, ਪਹਿਲੀ ਜੇ ਤਾਂ ਤੁਹਾਡੀ ਮਤਲਬ ਵਿਆਹ ਸ਼ਾਦੀ ਨਹੀਂ ਹੋ ਰਿਹਾ ਸੀ, ਰਿਸ਼ਤਾ ਪੱਕਾ ਨਹੀਂ ਹੋ ਰਿਹਾ ਸੀ, ਅਤੇ ਅਚਾਨਕ ਹੀ ਤੁਸੀਂ ਕਿਸੇ ਜੋ ਵਿਆਹ ਸ਼ਾਦੀ ਕਰਨ ਵਾਲੀਆਂ ਅੱਜ ਕੱਲ੍ਹ ਵੈਬਸਾਈਟਸ ਖੁੱਲੀਆਂ ਹੋਈਆਂ ਹਨ ਮੈਟ੍ਰੀਮੋਨੀਅਲ, ਤੋਂ ਤੁਹਾਨੂੰ ਅਚਾਨਕ ਕੋਈ ਖੁਸ਼ਖਬਰੀ ਆ ਸਕਦੀ ਹੈ, ਬਹੁਤ ਹੀ ਅੱਛਾ ਮੈਚ ਤੁਹਾਡੇ ਨਾਲ ਹੋ ਸਕਦਾ ਹੈ, ਇਹ ਗੁੱਡ ਨਿਊਜ਼ ਤੁਹਾਡੇ ਕੋਲ ਆ ਸਕਦੀ ਹੈ। ਦੂਜਾ, ਠੀਕ ਹੈ, ਆਨਲਾਈਨ ਕੋਈ ਤੁਹਾਨੂੰ ਇੰਟਰਵਿਊ ਕਾਲ ਆ ਸਕਦਾ ਹੈ, ਆਨਲਾਈਨ ਤੁਹਾਡਾ ਕੋਈ ਰਿਜ਼ਲਟ ਆ ਸਕਦਾ ਹੈ, ਜੋ ਤੁਸੀਂ ਕੋਈ ਕੰਪੀਟੀਟਿਵ ਇਗਜ਼ਾਮ ਦਿੱਤਾ ਹੋਏ, ਠੀਕ ਹੈ, ਉਹ ਵੀ ਤੁਹਾਡਾ ਰਿਜ਼ਲਟ ਆ ਸਕਦਾ ਹੈ। ਇਸ ਤਰ੍ਹਾਂ ਦੀ ਕੋਈ ਗੁੱਡ ਨਿਊਜ਼ ਆਉਂਦੀ ਨਜ਼ਰ ਆ ਰਹੀ ਹੈ, ਕੋਈ ਗੌਰਮੈਂਟ ਜੋਬ ਚਾਹੁੰਦਾ ਸੀ, ਠੀਕ ਹੈ, ਉਹਦਾ ਸੁਪਨਾ ਵੀ ਤੁਹਾਡਾ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ। ਕੁਛ ਤਾਂ ਹੈ ਇੱਥੇ ਗੁੱਡ ਨਿਊਜ਼, ਜ਼ਰੂਰ ਮੈਨੂੰ ਜੋ ਵੀ ਤੁਸੀਂ ਵੀਡੀਓਜ਼ ਦੇਖ ਰਹੇ ਹੋ ਨਾ, 10 ਅਕਤੂਬਰ ਤੋਂ ਪਹਿਲੇ ਵੀ ਆ ਸਕਦੀ ਹੈ, ਜਾਂ 10 ਅਕਤੂਬਰ ਤੋਂ ਉਹ ਤੁਹਾਡਾ ਉਹ ਗੁੱਡ ਨਿਊਜ਼ ਜਿਹੜੀ ਗੁੱਡ ਵਾਈਬਸ ਹੈ ਉਹ ਸ਼ੁਰੂ ਹੋ ਰਹੀ ਹੈ ਪੋਰਟਲ ਗੇਟ ਤੋਂ, ਉਸ ਤੋਂ ਬਾਅਦ ਵੀ ਤੁਹਾਨੂੰ ਬਹੁਤ ਜਲਦੀ ਨਿਊਜ਼ ਮਿਲ ਸਕਦੀ ਹੈ। ਓਕੇ ਜੀ, ਦੇਖੋ ਅੱਜ ਦੀ ਰੀਡਿੰਗ ਥੋੜ੍ਹੀ ਜਿਹੀ ਛੋਟੀ ਹੈ ਪਰ ਸ਼ੋਰਟ ਹੈ, ਪਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਮਹੱਤਵਪੂਰਨ ਬਹੁਤ ਜ਼ਿਆਦਾ ਹੈ ਇਹ ਰੀਡਿੰਗ। ਇਸ ਕਰਕੇ ਦੇਖੋ, ਇਹ ਜੋ ਮੈਂ ਇੱਥੇ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਇਹ ਜੋ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ 10 ਅਕਤੂਬਰ ਤੋਂ ਪਹਿਲੇ ਜਾਂ 10 ਅਕਤੂਬਰ ਤੋਂ ਬਾਅਦ, ਇਹ ਇੱਕ ਜੋ ਅਵਸਰ ਤੁਹਾਨੂੰ ਓਪਰਚੁਨਿਟੀ ਤੁਹਾਡੇ ਵਾਸਤੇ ਆਏਗੀ ਨਾ, ਤਾਂ ਥੋੜ੍ਹਾ ਜਿਹਾ ਤੁਸੀਂ ਉੱਥੇ ਕਨਫਿਊਜ਼ਡ ਹੋ ਜਾਓਗੇ, ਸਟੱਕ ਹੋ ਜਾਂਦਾ ਨਾ ਕਈ ਵਾਰੀ ਇਨਸਾਨ ਕੀ, ਕਈ ਵਾਰੀ ਐਸੇ ਸਾਨੂੰ ਓਪਰਚੁਨਿਟੀਜ਼ ਆ ਜਾਂਦੀਆਂ ਹਨ ਕਿ ਅਸੀਂ ਸੋਚਣ 'ਤੇ ਥੋੜ੍ਹਾ ਜਿਹਾ ਮਜਬੂਰ ਹੋ ਜਾਂਦੇ ਹਾਂ ਕਿ ਹੈ ਤਾਂ ਅੱਛੀ ਚੀਜ਼ ਪਰ ਮੇਰੇ ਵਾਸਤੇ ਅੱਗੇ ਫਿਊਚਰ ਵਾਸਤੇ ਅੱਛਾ ਹੈ ਜਾਂ ਨਹੀਂ ਹੈ, ਮੈਨੂੰ ਇਹਦੇ ਨਾਲ ਅੱਗੇ ਵੱਧ ਜਾਣਾ ਚਾਹੀਦਾ ਹੈ ਜਾਂ ਨਹੀਂ, ਜਾਂ ਫਿਰ ਮੈਂ ਥੋੜ੍ਹਾ ਇੰਤਜ਼ਾਰ ਕਰਾਂ।
ਇਸ ਤਰ੍ਹਾਂ ਦਾ ਤੁਹਾਨੂੰ ਇਹ ਜ਼ਰੂਰ ਇਸ ਤਰ੍ਹਾਂ ਦੀ ਕਹਿ ਸਕਦੇ ਹੋ ਸਿਚੁਏਸ਼ਨ ਆਉਣ ਵਾਲੀ ਹੈ, ਪਰ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਪਰਮਾਤਮਾ ਵਾਹਿਗੁਰੂ ਜੀ ਅੱਲਾ ਈਸ਼ਵਰ ਦਾ ਤੁਹਾਨੂੰ ਸੰਦੇਸ਼ ਹੈ, ਮੈਸੇਜ ਹੈ, ਗਾਈਡੈਂਸ ਹੈ, ਐਡਵਾਈਜ਼ ਹੈ ਕਿ ਜੋ ਓਪਰਚੁਨਿਟੀ ਤੁਹਾਡੇ ਕੋਲ ਆਏਗੀ ਬਿੰਦਾਸ ਤੁਸੀਂ ਅੱਗੇ ਵੱਧ ਜਾਣਾ, ਕਿਉਂਕਿ ਉਹ ਓਪਰਚੁਨਿਟੀ ਉਹ ਅਫਸਰ ਤੁਹਾਡੇ ਵਾਸਤੇ ਜੋਏ ਹੈਪੀਨੈਸ ਲੈ ਕੇ ਆਏਗਾ, ਤੁਹਾਡਾ ਜੋ ਵੀ ਤੁਸੀਂ ਪਰੇਸ਼ਾਨੀਆਂ ਤੁਹਾਡੇ ਦਿਮਾਗ ਚੱਲ ਰਹੀਆਂ ਹਨ ਸਭ ਨੂੰ ਖਤਮ ਕਰ ਦੇਗਾ, ਇਸ ਕਰਕੇ ਉਸ ਦੇ ਬਾਰੇ ਬਿਲਕੁਲ ਵੀ ਸੋਚਣਾ ਨਹੀਂ ਹੈ ਕਿ ਇਹ ਮੇਰੇ ਵਾਸਤੇ ਠੀਕ ਹੈ ਜਾਂ ਠੀਕ ਨਹੀਂ ਹੈ। ਦੇਖੋ ਬਾਰ ਬਾਰ ਇਸ ਤਰ੍ਹਾਂ ਦਾ ਹੀ ਮੈਸੇਜ ਔਰ ਗਾਈਡੈਂਸ ਪਰਮਾਤਮਾ ਵੱਲੋਂ ਆ ਰਹੀਆਂ ਹਨ, ਇਸ ਕਰਕੇ ਹੀ ਪਹਿਲੇ ਹੀ ਦੇਖੋ ਸਾਨੂੰ ਵੀ ਪਹਿਲੇ ਹੀ ਥੋੜ੍ਹਾ ਜਿਹਾ ਨਾ ਸਕਦੇ ਹੋ ਕਿ ਇੰਟਿਊਸ਼ਨ ਸਾਨੂੰ ਵੀ ਰੀਡਿੰਗ ਕਰਨ ਤੋਂ ਪਹਿਲੇ ਆ ਜਾਂਦੇ ਹਨ, ਜਿਸ ਤਰ੍ਹਾਂ ਐਨਰਜੀਜ਼ ਜਦੋਂ ਸ਼ੁਰੂ ਹੁੰਦੀਆਂ ਹਨ ਨਾ ਤਾਂ ਪਤਾ ਚੱਲਣ ਲੱਗ ਜਾਂਦਾ ਹੈ ਕਿ ਪਰਮਾਤਮਾ ਨੇ, ਇਸੀ ਕਰਕੇ ਇੰਟਰੋਡਕਸ਼ਨ ਵਿੱਚ ਮੈਂ ਕਿਹਾ ਸੀ ਕਿ ਪਰਮਾਤਮਾ ਨੇ ਖਾਸ ਮਕਸਦ ਕਰਕੇ ਹੀ ਤੁਹਾਡੇ ਕੋਲ ਇਹ ਵੀਡੀਓ ਤੁਹਾਡੇ ਕੋਲ ਭੇਜੀ ਹੋਏਗੀ। ਓਕੇ, ਸੋ ਇੱਥੇ ਮੈਂ ਤੁਹਾਨੂੰ ਫਿਰ ਤੋਂ ਕਹਿਣਾ ਚਾਹਾਂਗੀ ਕਿ ਇਹ ਜੇ ਓਪਰਚੁਨਿਟੀ ਆਏਗੀ ਉਸਨੂੰ ਐਕਸੈਪਟ ਕਰ ਲੈਣਾ, ਕਿਉਂਕਿ ਦੇਖੋ ਖੁਸ਼ਕਿਸਮਤੀ ਹੁੰਦੀ ਹੈ ਨਾ ਉਹ ਇੱਕ ਵਾਰੀ ਆਉਂਦੀ ਹੈ, ਜੇ ਤੁਸੀਂ ਉਹਦਾ ਦਰਵਾਜ਼ਾ ਖੋਲ੍ਹ ਲਿਆ ਉਹਨੂੰ ਐਕਸੈਪਟ ਕਰ ਲਿਆ ਤਾਂ ਤੁਸੀਂ ਸਦਾ ਬਹਾਰ ਤੁਹਾਡੇ ਕੋਲ ਖੁਸ਼ੀਆਂ ਆ ਜਾਣਗੀਆਂ, ਪਰ ਬਦਕਿਸਮਤੀ ਤਾਂ ਬਾਰ ਬਾਰ ਸਾਡੇ ਦਰਵਾਜ਼ੇ ਨੂੰ ਨੌਕ ਕਰਦੀ ਹੈ, ਕਿਉਂਕਿ ਉਹ ਇਸੀ ਫਿਰਾਕ ਵਿੱਚ ਰਹਿੰਦੀ ਹੈ ਕਿ ਕਦੋਂ ਇਹ ਦਰਵਾਜ਼ਾ ਖੋਲ੍ਹਣ ਅਤੇ ਅਸੀਂ ਇਹਨਾਂ ਦੀ ਜ਼ਿੰਦਗੀ ਵਿੱਚ ਅਸੀਂ ਇਹਨਾਂ ਦੇ ਘਰ ਵਿੱਚ ਵੜ ਜਾਈਏ ਤਾਂ ਫਿਰ ਬਦਕਿਸਮਤੀ ਜਲਦੀ ਘਰ ਤੋਂ ਬਾਹਰ ਵੀ ਨਿਕਲਦੀ ਨਹੀਂ ਹੈ, ਲੇਕਿਨ ਖੁਸ਼ਕਿਸਮਤੀ ਦਾ ਦਰਵਾਜ਼ਾ ਉਹ ਇੱਕੋ ਵਾਰੀ ਨੌਕ ਕਰਦੀ ਹੈ, ਓਨਲੀ ਇੱਕ ਵਨ ਟਾਈਮ। ਸੋ ਇਹ ਜਿਹੜਾ ਅਫਸਰ ਤੁਹਾਡੇ ਕੋਲ ਆਏਗਾ ਪਰਮਾਤਮਾ ਦਾ ਸਟਰੋਂਗਲੀ ਤੁਹਾਡੇ ਵਾਸਤੇ ਗਾਈਡੈਂਸ ਹੈ, ਐਡਵਾਈਜ਼ ਹੈ, ਔਰ ਮੈਨੂੰ ਵੀ ਇਹ ਫੀਲ ਹੋ ਰਿਹਾ ਹੈ ਤੁਸੀਂ ਇਹ ਜ਼ਰੂਰ ਐਕਸੈਪਟ ਕਰ ਲੈਣਾ ਜੀ। ਨਾਲ ਦੇ ਨਾਲ ਇੱਕ ਹੋਰ ਮੋਸਟ ਇੰਪੋਰਟੈਂਟ ਥਿੰਗ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਕਿ ਤੁਹਾਡੀ ਲਾਈਫ ਦੇ ਅੰਦਰ ਕੁਝ ਬਦਲਾਵ ਆ ਰਿਹਾ ਹੈ, ਲਵ ਲਾਈਫ ਦੇ ਅੰਦਰ, ਠੀਕ ਹੈ। ਕਰੀਅਰ ਜੋਬ ਦਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ, ਗੁੱਡ ਨਿਊਜ਼ ਆ ਰਹੀ ਹੈ, ਪਲੱਸ ਉਹਦੇ ਅੰਦਰ ਮੈਰਿਜ ਦਾ ਵੀ ਮੈਂ ਤੁਹਾਨੂੰ ਦੱਸਿਆ, ਪਰ ਇੱਥੇ ਲਵ ਲਾਈਫ ਵਾਸਤੇ ਤੁਹਾਡੇ ਕੋਈ ਇੱਕ ਨਿਊ ਪਰਸਨ, ਠੀਕ ਹੈ, ਬਹੁਤ ਹੀ ਵਧੀਆ ਜੋ ਕਿ ਤੁਹਾਡੇ ਨਾਲ ਫਿਊਚਰ ਪਰਸਨ ਬਣ ਸਕਦਾ ਹੈ, ਫਿਊਚਰ ਲਾਈਫ ਪਾਰਟਨਰ ਬਣ ਸਕਦਾ ਹੈ, ਇਸ ਤਰ੍ਹਾਂ ਦਾ ਆਏਗਾ। ਬਸ ਤੁਸੀਂ ਤਿੰਨ ਚਾਰ ਚੀਜ਼ਾਂ ਦਾ ਧਿਆਨ ਰੱਖਣਾ ਹੈ, ਓਵਰ ਥਿੰਕਿੰਗ ਨਹੀਂ ਕਰਨਾ, ਓਵਰ ਬਰਡਨ ਆਪਣੇ ਦਿਮਾਗ 'ਤੇ ਨਹੀਂ ਲਿਆਉਣਾ ਹੈ, ਕਨਫਿਊਜ਼ਨ ਨਹੀਂ ਰੱਖਣੀ ਹੈ, ਬਿਲਕੁਲ ਇਹਨਾਂ ਚੀਜ਼ਾਂ ਦਾ ਜੇਕਰ ਧਿਆਨ ਰੱਖ ਕੇ ਤੁਸੀਂ ਅੱਗੇ ਵਧੋਗੇ ਤਾਂ ਤੁਹਾਡੀ ਲਾਈਫ ਬਹੁਤ ਹੀ ਸਮੂਥਲੀ ਅਤੇ ਇੱਕਦਮ ਕਲੀਅਰ ਕ੍ਰਿਸਟਲ ਦੀ ਤਰ੍ਹਾਂ ਜਾਏਗੀ, ਤੁਹਾਨੂੰ ਸਭ ਕਲੀਅਰ ਨਜ਼ਰ ਆਏਗਾ, ਠੀਕ ਹੈ। ਇਸ ਦੇ ਨਾਲ ਨਾਲ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ 10 ਅਕਤੂਬਰ ਤੋਂ ਪਹਿਲੇ ਤੁਸੀਂ ਇਹ ਰੈਮਡੀ ਕਰ ਲੈਣਾ ਜਾਂ 10 ਅਕਤੂਬਰ ਨੂੰ ਕਰ ਲੈਣਾ, ਅਤੇ ਇਹ ਰੈਮਡੀ ਤੁਸੀਂ ਜ਼ਰੂਰ ਕਰ ਲੈਣਾ। ਕਰਨਾ ਕੀ ਹੈ, ਕਿਉਂਕਿ ਦੇਖੋ ਇੱਥੇ ਦਾ ਮੂਨ ਦੀ ਐਨਰਜੀਜ਼ ਆਈ ਹੈ ਜੋ ਕਾਰਡ ਆਇਆ ਹੈ, ਹੋ ਸਕਦਾ ਹੈ ਕਿ ਤੁਸੀਂ ਇਹਨਾਂ ਦਿਨਾਂ ਵਿੱਚ ਕਾਫੀ ਜ਼ਿਆਦਾ ਇਮੋਸ਼ਨਲ ਹੋ ਰਹੇ ਹੋ, ਠੀਕ ਹੈ, ਆਪਣੀ ਜੋ ਅੰਦਰ ਦੀ ਇਮੋਸ਼ਨਸ ਹੈ ਉਹ ਤੁਸੀਂ ਕੰਟਰੋਲ ਨਹੀਂ ਕਰ ਪਾ ਰਹੇ ਹੋ, ਹਰ ਕਿਸੇ ਦੇ ਅੱਗੇ ਰੋ ਪੈਂਦੇ ਹੋ, ਠੀਕ ਹੈ, ਜਾਂ ਇਕੱਲੇ ਵਿੱਚ ਵੀ ਤੁਸੀਂ ਰੋ ਰਹੇ ਹੋ, ਤਾਂ ਮੈਂ ਤੁਹਾਡੇ ਵਾਸਤੇ ਇੱਕ ਰੈਮਡੀ ਲੈ ਕੇ ਆਈ ਹਾਂ, ਜੋ ਕਿ ਇਹ ਜੋ ਗੁੱਡ ਨਿਊਜ਼ ਆ ਰਹੀ ਹੈ, ਤਾਂ ਇਹ ਮੈਂ ਤੁਹਾਨੂੰ ਰੈਮਡੀ ਦੱਸਣ ਤੋਂ ਬਾਅਦ ਇੱਕ ਹੋਰ ਗੱਲ ਦੱਸਦੀ ਹਾਂ, ਪਹਿਲੇ ਰੈਮਡੀ ਸੁਣ ਲਓ, ਠੀਕ ਹੈ। ਕਰਨਾ ਕੀ ਹੈ, ਇੱਕ ਬਤਾਸ਼ਾ ਲੈਣਾ ਹੈ, ਬਤਾਸ਼ੇ ਤਾਂ ਤੁਹਾਨੂੰ ਪਤਾ ਹੈ ਮੰਦਿਰ ਵਿੱਚ ਗੁਰਦੁਆਰੇ ਵਿੱਚ ਇਸਦਾ ਪ੍ਰਸਾਦ ਮਿਲਦਾ ਹੈ, ਇੱਕ ਬਤਾਸ਼ੇ ਨੂੰ ਅੰਦਰ ਉਂਗਲੀ ਦੇ ਨਾਲ ਤੋੜ ਕੇ ਉਸ ਦੇ ਅੰਦਰ ਦੋ ਲੌਂਗ ਰੱਖਣੇ ਹੈ, ਠੀਕ ਹੈ, ਇੱਕ ਕਪੂਰ ਰੱਖ ਕੇ ਉਸਨੂੰ ਜਲਾ ਦੇਣਾ ਹੈ, ਕੋਈ ਪਲੇਟ ਲੈਣਾ ਉਸਦੇ ਵਿੱਚ ਬਤਾਸ਼ਾ ਰੱਖ ਕੇ ਦੋ ਉਹਨੂੰ ਅੰਦਰੋਂ ਤੋੜ ਕੇ ਲੌਂਗ ਪਾ ਕੇ ਅਤੇ ਕਪੂਰ ਰੱਖ ਕੇ ਉਸਨੂੰ ਜਲਾ ਦੇਣਾ, ਠੀਕ ਹੈ। ਉਸ ਤੋਂ ਬਾਅਦ ਇਸਨੂੰ ਚਾਹੋ ਤਾਂ ਗਮਲੇ ਵਿੱਚ ਪਾ ਦਿਉ, ਜਾਂ ਫਿਰ ਤੁਸੀਂ ਕਿਧਰੇ ਸਿੰਕ ਵਿੱਚ ਨਾ ਪਾ ਦੇਣਾ, ਭੁੱਲ ਕੇ ਵੀ ਇਹ ਗਲਤੀ ਨਾ ਕਰ ਲੈਣਾ, ਠੀਕ ਹੈ।
ਕਿਸੇ ਵੀ ਸਾਫ ਸੁਥਰੀ ਮਿੱਟੀ ਵਿੱਚ ਜਾਂ ਗਮਲੇ ਵਿੱਚ ਪਾ ਕੇ ਆ ਜਾਣਾ ਤੇ ਤੁਸੀਂ ਬੋਲਣਾ ਕੀ ਹੈ ਇਸ ਰੈਮਡੀ ਨੂੰ ਕਰਦੇ ਵਕਤ ਕਿ ਹੇ ਪਰਮਾਤਮਾ ਕਿ ਮੇਰੇ ਅੰਦਰ ਜੋ ਵੀ ਦੁੱਖ ਪਰੇਸ਼ਾਨੀ ਜੋ ਹੋ ਰਹੀ ਹੈ ਇਸ ਬਤਾਸ਼ੇ ਦੇ ਨਾਲ ਜੋ ਸਵੀਟਨੈਸ ਹੈ ਮੇਰੇ ਅੰਦਰ ਕਿਉਂਕਿ ਮੈਨੂੰ ਪਤਾ ਹੈ ਕਿ ਜੋ ਲੋਕ ਵੀ ਇੱਥੇ ਮੇਰੀ ਵੀਡੀਓਜ਼ ਦੇਖ ਰਹੇ ਹਨ ਕਾਫੀ ਅੱਛੇ ਸੁਭਾਅ ਦੇ ਅੱਛੀ ਬੋਲੀ ਹੈ ਉਹਨਾਂ ਦੀ ਬਹੁਤ ਹੀ ਮਿੱਠਾ ਸੁਭਾਅ ਹੈ ਤੇ ਇਸੇ ਬਤਾਸ਼ੇ ਦੀ ਸਵੀਟਨੈਸ ਦੀ ਤਰ੍ਹਾਂ ਮੇਰਾ ਜੋ ਅੰਦਰ ਜੋ ਕਰਵਾਹਟ ਆ ਰਹੀ ਹੈ ਕਿਉਂਕਿ ਤੁਸੀਂ ਇੰਨੇ ਪਰੇਸ਼ਾਨ ਹੋ ਗਏ ਹੋ ਨਾ ਤਾਂ ਤੁਹਾਡੇ ਅੰਦਰ ਜੋ ਕਰਵਾਹਟ ਪੜਦੀ ਜਾ ਰਹੀ ਹੈ ਉਹ ਦੂਰ ਹੋ ਜਾਏ ਮੇਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ ਬਸ ਜੋ ਵੀ ਅਫਰਮੇਸ਼ਨ ਤੁਸੀਂ ਆਪਣੀ ਪਰੇਸ਼ਾਨੀ ਨੂੰ ਲੈ ਕੇ ਬੋਲਣਾ ਹੈ ਤੇ ਉਹ ਤੁਸੀਂ ਸਮਝ ਲੈਣਾ ਕਿ ਇਹ ਰੈਮਡੀ ਕਰਨ ਤੋਂ ਬਾਅਦ ਇਹ ਉਪਾਅ ਕਰਨ ਤੋਂ ਬਾਅਦ ਜੇ ਤੁਹਾਨੂੰ 111, 999 ਜਾਂ 555 ਨਜ਼ਰ ਆਉਂਦਾ ਹੈ ਠੀਕ ਹੈ ਤਾਂ ਤੁਸੀਂ ਸਮਝ ਜਾਣਾ ਕਿ ਪਰਮਾਤਮਾ ਤੱਕ ਤੁਹਾਡਾ ਮੈਸੇਜ ਪਹੁੰਚ ਗਿਆ ਹੈ ਇਹ ਉਸਦਾ ਸੰਕੇਤ ਹੁੰਦਾ ਹੈ ਸਾਈਨ ਹੁੰਦਾ ਓਕੇ ਮੈਂ ਤੁਹਾਨੂੰ ਕਿਹਾ ਸੀ ਪਹਿਲੇ ਰੈਮਡੀ ਸੁਣ ਲਓ ਫਿਰ ਮੈਂ ਤੁਹਾਨੂੰ ਇਸ ਰੈਮਡੀ ਦੀ ਇੰਪੋਰਟੈਂਸ ਦੱਸਾਂਗੀ ਦੂਜਾ ਤੁਸੀਂ ਕੀ ਕਰਨਾ ਹੈ ਕਿਸੇ ਵੀ ਨੀਡੀ ਪਰਸਨ ਨੂੰ ਜਾਂ ਕਿਸੇ ਵੀ ਨੀਡੀ ਨਾ ਹੋਵੇ ਤਾਂ ਕਿਸੇ ਵੱਡੇ ਬਜ਼ੁਰਗ ਨੂੰ ਜਾਂ ਕੁਛ ਤੁਸੀਂ ਇੱਕ ਚਿੱਟਾ ਕੱਪੜਾ ਦਾਨ ਕਰ ਦਿਓ ਜਾਂ ਚਿੱਟੀ ਚੀਜ਼ ਦਾਨ ਕਰ ਦਿਓ ਸਿਰਫ ਚਿੱਟਾ ਨਮਕ ਜਾਂ ਮਿਠਾਈ ਨਹੀਂ ਹੋਣੀ ਚਾਹੀਦੀ ਉਸ ਤੋਂ ਇਲਾਵਾ ਕੋਈ ਵੀ ਚਿੱਟੀ ਚੀਜ਼ ਚਾਹੇ ਕੱਪੜਾ ਹੋ ਜਾਵੇ ਹੈ ਨਾ ਜਾਂ ਚਿੱਟਾ ਕੁਛ ਵੀ ਕੋਈ ਗਿਫਟ ਹੋ ਜਾਵੇ ਚਿੱਟਾ ਚੀਜ਼ ਤੁਸੀਂ ਦਾਨ ਕਰ ਦੇਣਾ ਕਿਉਂਕਿ ਮੂਨ ਦੀ ਐਨਰਜੀਜ ਆਈ ਹੈ ਜੋ ਕਿ ਤੁਹਾਨੂੰ ਕਾਫੀ ਜ਼ਿਆਦਾ ਇਮੋਸ਼ਨਲ ਕਰ ਰਹੀ ਹੈ ਤੁਹਾਡੀ ਮੰਮੀ ਦੇ ਨਾਲ ਵੀ ਹੋ ਸਕਦਾ ਤੁਹਾਡੇ ਰਿਸ਼ਤੇ ਵੀ ਖਰਾਬ ਕਰ ਸਕਦੀ ਹੈ ਤਾਂ ਉਸ ਨੂੰ ਠੀਕ ਕਰਨ ਦੇ ਲਈ ਤੁਸੀਂ ਇਹ ਚਿੱਟਾ ਕੋਈ ਚਿੱਟੀ ਚੀਜ਼ ਕਿਸੇ ਨੂੰ ਵੀ ਦਾਨ ਕਰਨੀ ਹੈ ਇਹ ਤਾਂ ਹੋ ਗਈ ਰੈਮਡੀ ਔਰ ਇਹ ਵੀ ਦੱਸ ਦਿੱਤਾ ਹੈ ਕਿ ਪਰਮਾਤਮਾ ਤੱਕ ਤੁਹਾਡਾ ਸੰਕੇਤ ਤੁਹਾਡਾ ਮੈਸੇਜ ਪਹੁੰਚ ਜਾਏਗਾ ਜਦੋਂ ਤੁਸੀਂ ਇਹ ਰੈਮਡੀ ਕੀਤੀ ਤੁਹਾਨੂੰ 111, 555, 999 ਨਜ਼ਰ ਆਏ ਓਕੇ ਜੀ ਤਾਂ 10 ਅਕਤੂਬਰ ਤੋਂ ਪਹਿਲੇ ਜੇ ਤੁਹਾਨੂੰ ਇਹ ਵੀਡੀਓ ਮਿਲਦੀ ਹੈ ਤਾਂ ਯੂ ਆਰ ਵੈਰੀ ਲੱਕੀ ਪਰਮਾਤਮਾ ਨੇ ਹੀ ਤੁਹਾਨੂੰ ਚੁਣਿਆ ਹੈ ਇਸ ਵੀਡੀਓ ਦੇ ਲਈ ਜੇ ਤੁਹਾਡੇ ਨਾਲ ਇਹ ਰੀਡਿੰਗ ਅੱਜ ਜੋ ਮੈਂ ਰੀਡਿੰਗ ਕੀਤੀ ਹੈ ਜਿਸ ਜਿਸ ਦੇ ਨਾਲ ਰੈਜ਼ੋਨੇਟ ਹੋਈ ਹੈ ਤਾਂ ਪਲੀਜ਼ ਕਮੈਂਟ ਵਿੱਚ ਜ਼ਰੂਰ ਲਿਖੋ ਪੋਜ਼ਿਟਿਵ ਕਰੋ ਕਲੇਮ ਕਰੋ ਪੋਜ਼ਿਟਿਵ ਕਲੇਮ ਕਰੋ ਥੈਂਕਸ ਯੂਨੀਵਰਸ ਜ਼ਰੂਰ ਲਿਖੋ ਜੀ ਅਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ